रोना विल्सन एक होर समाजिक कार्यकर्ता ने जिहड़े के जून 18 तो लगभग इसे केस नूं लैके जेल दे विच ने उन्हां दा फोन जिहड़ा आ उह क्योंकि जब्त सी ते हुण जदों उस फोन नूं सवलीन जी फोरेंसिक जांच लई अमरीका भेजा गया ते उत्थों एक बड़ी अजीब जानकारी सामने आई है कि उन्हां दे फोन दे विच वी उस सॉफ्टवेयर दे जिहड़े आ उह मिले ने कि उन्हां दे फोन दे विच वी उह सॉफ्टवेयर पाया गया सी। इजराइल दी कंपनी NSO उह कहिंदी आ कि असीं इह सॉफ्टवेयर सिर्फ सरकारां नूं वेचदे आ। हुण इजराइल दी कंपनी दा तां रोना विल्सन नाल कुछ लैणा देणा नहीं ते जे उह सरकारां नूं वेचदे आ तां रोना विल्सन दे फोन दे विच उह सॉफ्टवेयर श्रीलंका दी सरकार ने तां पाया नहीं होणा, ना ही पाकिस्तान दी सरकार ने पाया होणा। हालांकि BJP दे लोक कह सकणगे कि हो सकदा जी इह पाकिस्तान दे ने ही पाया होवे। ਉਹਨਾਂ ਦੀ ਸਰਕਾਰ ਇੰਨੀ ਘੋਖ ਪੜਤਾਲ ਕਰਦੀ ਆ, ਚਾਹੇ ਉਹ ਵਕੀਲ ਹੋਣ, ਚਾਹੇ ਉਹ ਲੋਕ ਸਭਾ ਦੇ ਮੈਂਬਰ ਹੋਣ, ਚਾਹੇ ਉਹ ਵਿਰੋਧੀ ਧਿਰਾਂ ਦੇ ਲੋਕ ਹੋਣ, ਚਾਹੇ ਉਹ ਸਮਾਜਿਕ ਕਾਰਜਕਰਤਾ ਹੋਣ, ਜੇਕਰ ਇਹਦਾ ਛੋਟੇ ਛੋਟੇ ਲੈਵਲ ਤੱਕ ਵੀ ਸਰਕਾਰ ਇਸ ਵੱਡੇ ਸੋਫਟਵੇਅਰ ਦੇ ਨਾਲ ਲੋਕਾਂ ਦੀ ਜਾਂਚ ਪੜਤਾਲ ਕਰਦੀ ਆ, ਫਿਰ ਤੁਸੀਂ ਭਾਰਤ ਨੂੰ ਸਭ ਤੋਂ ਵੱਡਾ ਲੋਕਤੰਤਰਕ ਦੇਸ਼ ਹੋਣ ਦਾ ਅਹੁਦਾ ਨਾ ਹੀ ਦਿਓ ਤੇ ਚੰਗਾ। ਕਈ ਸਾਰੇ ਲੋਕ ਜਿਹੜੇ ਨੇ ਇਸ ਕੇਸ ਦੇ ਵਿੱਚ ਸਜ਼ਾ ਭੁਗਤ ਰਹੇ ਨੇ, ਜਦਕਿ ਜਿਹਦੇ ਲਈ ਜੇਕਰ ਉਹਨਾਂ ਦੇ ਫੋਨ ਦੇ ਵਿੱਚ ਅਜਿਹੇ ਕੁਝ ਸੋਫਟਵੇਅਰ ਪਾਏ ਗਏ ਨੇ। ਇਹ ਗੱਲ ਪਹਿਲਾਂ ਵੀ ਕੋਰਟਸ ਦੇ ਵਿੱਚ ਸਾਹਮਣੇ ਆਈ ਆ ਕਿ ਇਹਨਾਂ ਦੇ ਲੈਪਟਾਪਸ ਦੇ ਵਿੱਚ ਅਜਿਹੀਆਂ ਈਮੇਲਸ ਵੀ ਆਪ ਪਲਾਂਟ ਕੀਤੀਆਂ ਗਈਆਂ ਜਿਹਦੇ ਨਾਲ ਇਹਨਾਂ ਨੂੰ ਬਾਅਦ ਵਿੱਚ ਦੋਸ਼ੀ ਸਾਬਤ ਕੀਤਾ ਜਾ ਸਕੇ। ਸ਼ਰਮਾ ਜੀ, ਗੱਲ ਕਰਦੇ ਹਾਂ ਪੈਗਾਸਸ ਸਪਾਈਵੇਅਰ ਦੀ, ਤਾਂ ਪਿਛਲੇ ਮਹੀਨੇ ਮਮਤਾ ਬੈਨਰਜੀ ਸਰਕਾਰ ਨੇ ਇੱਕ ਕਮਿਸ਼ਨ ਬਣਾਇਆ ਸੀ ਜਾਂਚ ਕਰਨ ਵਾਲਾ, ਤੇ ਹੁਣ ਖਬਰਾਂ ਨੇ ਕਿ ਸੁਪਰੀਮ ਕੋਰਟ ਨੇ ਉਸ ਜਾਂਚ ਤੇ ਰੋਕ ਲਗਾ ਦਿੱਤੀ ਹੈ। ਬਿਲਕੁਲ ਜੀ, ਅਗਸਤ ਦੇ ਵਿੱਚ ਰੌਲਾ ਪੈ ਗਿਆ ਸੀ ਪੈਗਾਸਸ ਦਾ। ਇਜ਼ਰਾਈਲ ਦੀ ਇੱਕ ਕੰਪਨੀ ਸੀ NSO, ਉਹਦੇ ਵੱਲੋਂ ਇੱਕ ਬਣਾਇਆ ਜਾਂਦਾ ਸੋਫਟਵੇਅਰ ਸੀ ਜਿਹਦੇ ਬਾਰੇ ਕਿਹਾ ਜਾਂਦਾ ਸੀਗਾ ਕਿ ਇਹ ਸਰਕਾਰਾਂ ਨੂੰ ਵੇਚਿਆ ਜਾਂਦਾ ਤਾਂ ਉਹ ਆਤੰਕਵਾਦ ਵਰਗੀਆਂ ਘਟਨਾਵਾਂ ਦੇ ਉੱਤੇ ਜਿਹੜਾ ਇੱਕ ਚੈੱਕ ਪੁਆਇੰਟ ਰੱਖ ਸਕਣ। ਇਸ ਸੋਫਟਵੇਅਰ ਦੇ ਬਾਰੇ 'ਚ ਬਹੁਤ ਲੰਬੀ ਚੌੜੀ ਚਰਚਾ ਹੁੰਦੀ ਰਹੀ। ਜਦੋਂ ਅਗਸਤ ਦੇ ਵਿੱਚ ਮੌਨਸੂਨ ਸੈਸ਼ਨ ਚੱਲਦਾ ਸੀ ਉਦੋਂ ਵੀ ਬਹੁਤ ਰੌਲਾ ਇਹਦਾ ਰਿਹਾ। ਸੁਪਰੀਮ ਕੋਰਟ ਨੇ ਇਸ ਕੇਸ ਦੇ ਉੱਤੇ ਸੂਮੋਟੋ ਲਿਆ ਸੀ। ਚੀਫ ਜਸਟਿਸ ਨੇ ਵੀ ਇਹਦੇ 'ਤੇ ਕਾਫੀ ਤਰੀਕਾਂ ਪਾਈਆਂ, ਬਾਅਦ ਵਿੱਚ ਸਰਕਾਰ ਨੂੰ ਝਾੜ ਵੀ ਲਾਈ, ਸਰਕਾਰ ਨੇ ਉਸ ਜਾਣਕਾਰੀ ਦੇਣ ਤੋਂ ਇਨਕਾਰ ਵੀ ਕੀਤਾ, ਸਰਕਾਰ ਨੇ ਸੁਪਰੀਮ ਕੋਰਟ ਦੇ ਸਾਹਮਣੇ ਵੀ ਕੁਝ ਅੜਿੱਚਾਂ ਜਿਹੜੀਆਂ ਸੀ ਉਹ ਡਾਹੀਆਂ, ਕੁਝ ਅੜਚਣਾਂ ਜਿਹੜੀਆਂ ਸੀ ਉਹ ਪੈਦਾ ਕੀਤੀਆਂ। ਫਿਰ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਕਿ ਤੁਸੀਂ ਜਾਣਕਾਰੀ ਦਿਓ, ਨਹੀਂ ਤਾਂ ਅਸੀਂ ਇੱਕ ਕਮੇਟੀ ਬਣਾ ਦੇਈਏ। ਉਸ ਕਮੇਟੀ ਨੂੰ ਬਣਾਉਣ ਲਈ ਫਿਰ ਸੁਪਰੀਮ ਕੋਰਟ ਜਿਹੜੀ ਆ ਉਹ ਤੰਗ ਦਿਲੀ ਕਰਦੀ ਨਜ਼ਰ ਆਈ। ਮੁੜ ਉਹ ਜਿਹੜੀ ਸੀ ਮਾਮਲਾ ਜਿਹੜਾ ਸੀਗਾ ਉਹ ਖਟਾਈ 'ਚ ਪੈ ਗਿਆ। ਫਿਰ ਕਿਤੇ ਇਹ ਵੀ ਨਜ਼ਰ ਆਇਆ ਕਿ ਸੁਪਰੀਮ ਕੋਰਟ ਵੀ ਇਸ ਮਸਲੇ ਨੂੰ ਥੋੜ੍ਹੀ ਦੇਰ ਲਈ ਹੱਲ ਕਰਨ ਦੇ ਵਿੱਚ ਨਾਕਾਮਯਾਬ ਨਜ਼ਰ ਆਈ, ਕਿਉਂਕਿ ਕਿਤੇ ਨਾ ਕਿਤੇ ਸੰਵਿਧਾਨ ਦੇ ਵਿੱਚ ਅਤੇ ਅਦਾਲਤ ਦੀ ਪ੍ਰਕਿਰਿਆ ਦੇ ਵਿੱਚ ਇੱਕ ਰੁਕਾਵਟ ਵੀ ਬਣ ਜਾਂਦੀ ਆ ਕਿ ਕਿਹੜਾ ਜਿਹੜਾ ਲਾਈਨ ਆਫ ਪੁਆਇੰਟ ਆ ਜਿਹੜਾ ਉਹ ਸਰਕਾਰ ਜਿੱਥੇ ਤੱਕ ਕੰਮ ਕਰ ਸਕਦੀ ਆ ਅਤੇ ਕਿਸ ਪੁਆਇੰਟ ਤੋਂ ਆ ਕੇ ਸੁਪਰੀਮ ਕੋਰਟ ਉਹਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਆ ਉਹ ਕਰ ਸਕਦੀ ਆ। ਅਸੀਂ ਦੇਖਿਆ ਦੁਨੀਆ ਦੇ ਬਹੁਤ ਦੇਸ਼ਾਂ ਦੇ ਵਿੱਚ ਪੈਗਾਸਸ ਦਾ ਰੌਲਾ ਪਿਆ। ਫਰਾਂਸ ਨੇ ਉਹਦੇ ਲਈ ਜਾਂਚ ਸ਼ੁਰੂ ਕੀਤੀ, ਦੁਨੀਆ ਦੇ ਹੋਰ ਕਈ ਮੁਲਕਾਂ ਨੇ ਜਾਂਚ ਸ਼ੁਰੂ ਕੀਤੀ। ਅਮਰੀਕਾ ਨੇ ਉਹਨੂੰ ਬੈਨ ਵੀ ਕਰ ਦਿੱਤਾ, ਅਮਰੀਕਾ ਦੀਆਂ ਕੁਝ ਕੰਪਨੀਆਂ ਨੇ NSO ਦੇ ਉੱਤੇ ਅਦਾਲਤੀ ਕਾਰਵਾਈ ਕੀਤੀ, ਕੇਸ ਵੀ ਦਰਜ ਕੀਤੇ। ਅਤੇ ਮਮਤਾ ਬੈਨਰਜੀ ਕਿਉਂਕਿ ਬਿਲਕੁਲ ਵੱਖਰੀ ਤਰੀਕੇ ਦੀ ਰਾਜਨੀਤੀ ਕਰਦੇ ਨੇ, ਉਹਨਾਂ ਨੇ ਆਪਣੀ ਸਟੇਟ ਦੇ ਵਿੱਚ ਹੀ ਇੱਕ ਚੀਫ ਜਸਟਿਸ ਰਿਟਾਇਰਡ ਸੀ ਉਹਨਾਂ ਨੂੰ ਇੱਕ ਕਮਿਸ਼ਨ ਬਣਾ ਕੇ ਅਤੇ ਇਹਦੀ ਇਨਕੁਆਇਰੀ ਦੀ ਜਿਹੜੀ ਸੀ ਉਹ ਗੱਲਬਾਤ ਸਾਹਮਣੇ ਲੈ ਕੇ ਆਉਂਦੀ ਸੀ ਕਿ ਸਾਡਾ ਜਿਹੜਾ ਇੱਕ ਕਮਿਸ਼ਨ ਆ ਸਟੇਟ ਦਾ ਉਹ ਇਹਦੀ ਇਨਕੁਆਇਰੀ ਕਰੇਗਾ ਕਿ ਕਿੱਥੇ ਕਿੱਥੇ ਪੈਗਾਸਸ ਦੀ ਵਰਤੋਂ ਹੋਈ ਆ ਜਾਂ ਕਿਵੇਂ ਨਹੀਂ ਹੋਈ। ਅਤੇ ਬੀਤੇ ਦਿਨੀ ਚੀਫ ਜਸਟਿਸ ਨੇ ਉਸ ਇਨਕੁਆਇਰੀ ਨੂੰ ਕੰਮ ਕਰਨ ਤੋਂ ਜਿਹੜਾ ਆ ਉਹ ਰੋਕ ਦਿੱਤਾ, ਕਿਉਂ ਜੋ ਇਹ ਮਾਮਲਾ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਕੋਲ ਇਸ ਕਰਕੇ ਇਸ ਇਨਕੁਆਇਰੀ ਦੀ ਜਿਹੜੀ ਆ ਉਹ ਲੋੜ ਨਹੀਂ ਹੈਗੀ। ਅਤੇ ਅਸੀਂ ਜਾਣਦੇ ਹਾਂ ਕਿ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਉਹ ਫਿਰ ਸਰਕਾਰ ਨੂੰ ਸ਼ੱਕ ਦੇ ਦਾਇਰੇ ਦੇ ਵਿੱਚ ਲੈ ਕੇ ਆਉਂਦੀਆਂ। ਇਸੇ ਮਾਮਲੇ ਨਾਲ ਜੁੜੀ ਇੱਕ ਹੋਰ ਖਬਰ ਨੇ ਵੀ ਤਹਿਲਕਾ ਮਚਾਇਆ ਹੋਇਆ ਕਿ ਐਕਟਿਵਿਸਟ ਰੋਨਾ ਵਿਲਸਨ ਦਾ ਫੋਨ ਵੀ ਜਿਹੜਾ ਆ ਉਹ ਸਕੈਨ ਕੀਤਾ ਗਿਆ ਆ। ਬਿਲਕੁਲ ਜੀ, ਜਦੋਂ ਅਸੀਂ ਪੈਗਾਸਸ ਦੀ ਗੱਲ ਕਰਦੇ ਸੀ ਤੇ ਫਿਰ ਭੀਮਾ ਕੋਰੇਗਾਓਂ ਕੇਸ ਸਾਡੇ ਸਾਹਮਣੇ ਅਚਾਨਕ ਸਾਹਮਣੇ ਆ ਜਾਂਦਾ। ਇਸ ਵਿਸ਼ੇ ਨੂੰ ਅਸੀਂ ਇਸੇ ਕਰਕੇ ਹੀ ਅੱਜ ਡਿਸਕਸ ਕਰ ਰਹੇ ਹਾਂ ਕਿਉਂਕਿ ਭੀਮਾ ਕੋਰੇਗਾਓਂ ਕੇਸ ਮਹਾਰਾਸ਼ਟਰ ਦਾ ਇੱਕ ਕਾਫੀ ਸਾਲਾਂ ਤੋਂ ਲਟਕਦਾ ਹੋਇਆ ਮਸਲਾ, ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਬਹੁਤ ਲੰਬੇ ਸਮੇਂ ਦੇ ਵਿੱਚ ਜੇਲ੍ਹ ਦੇ ਵਿੱਚ ਰਹਿਣਾ ਪਿਆ, ਉਹਨਾਂ 'ਚੋਂ ਰੋਨਾ ਵਿਲਸਨ ਵੀ ਇੱਕ ਆ। ਅਤੇ ਸਾਨੂੰ ਯਾਦ ਆ ਜਾਂਦੀਆਂ ਕਈ ਵਾਰੀ ਘਟਨਾਵਾਂ, ਕਿਉਂਕਿ ਸਾਡੀ ਜਿਹੜੀ ਮੈਮਰੀ ਆ ਬਹੁਤ ਛੋਟੀ ਆ, ਅਸੀਂ ਭੁੱਲ ਬੜੀ ਜਲਦੀ ਜਾਂਦੇ ਹਾਂ। ਸਟੇਨ ਸਵਾਮੀ ਨਾਂ ਦੇ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ ਜੇਲ੍ਹ ਦੇ ਵਿੱਚ ਹੀ, ਜਿਹੜੇ ਇਸੇ ਕੇਸ ਦੇ ਅਧੀਨ ਜੇਲ੍ਹ ਦੇ ਵਿੱਚ ਸੀ। ਬੜਾ ਰੌਲਾ ਪਿਆ ਸੀ, ਮਨੁੱਖੀ ਅਧਿਕਾਰਾਂ ਦੀਆਂ
ਸਾਰੀਆਂ ਜਥੇਬੰਦੀਆਂ ਨੇ ਉਹਦੇ ਲਈ ਲਿਖਿਆ। ਬਾਹਰਲੀਆਂ ਅਖਬਾਰਾਂ, ਈਵਨ ਕਿ ਅਮਰੀਕਾ ਤੱਕ ਦੀਆਂ ਅਖਬਾਰਾਂ, ਬ੍ਰਿਟੇਨ ਦੀਆਂ ਅਖਬਾਰਾਂ ਨੇ ਵੀ ਸਟੇਨ ਸਵਾਮੀ ਦੇ ਬਾਰੇ ਉਹਦੇ ਵਿੱਚ ਜ਼ਿਕਰ ਕੀਤਾ। ਇਸੇ ਕੇਸ ਦੇ ਸੰਬੰਧ ਦੇ ਵਿੱਚ ਰੋਨਾ ਵਿਲਸਨ ਇੱਕ ਹੋਰ ਸਮਾਜਿਕ ਕਾਰਜਕਰਤਾ ਨੇ ਜਿਹੜੇ ਕਿ ਜੂਨ 18 ਤੋਂ ਲਗਭਗ ਇਸੇ ਕੇਸ ਨੂੰ ਲੈ ਕੇ ਜੇਲ੍ਹ ਦੇ ਵਿੱਚ ਨੇ। ਉਹਨਾਂ ਦਾ ਫੋਨ ਜਿਹੜਾ ਆ ਉਹ ਕਿਉਂਕਿ ਜ਼ਬਤ ਸੀ, ਅਤੇ ਹੁਣ ਜਦੋਂ ਉਸ ਫੋਨ ਨੂੰ ਸਵਲਿੰਜੀ ਫੋਰੈਂਸਿਕ ਜਾਂਚ ਲਈ ਅਮਰੀਕਾ ਭੇਜਿਆ ਗਿਆ ਤਾਂ ਉੱਥੋਂ ਇੱਕ ਬੜੀ ਅਜੀਬ ਜਾਣਕਾਰੀ ਸਾਹਮਣੇ ਆਈ ਆ ਕਿ ਉਹਨਾਂ ਦੇ ਫੋਨ ਦੇ ਵਿੱਚ ਵੀ ਉਸ ਸੋਫਟਵੇਅਰ ਦੇ ਜਿਹੜੇ ਆ ਉਹ ਮਿਲੇ ਨੇ, ਕਿ ਉਹਨਾਂ ਦੇ ਫੋਨ ਦੇ ਵਿੱਚ ਵੀ ਉਹ ਸੋਫਟਵੇਅਰ ਪਾਇਆ ਗਿਆ ਸੀ। ਹੁਣ ਜਦੋਂ ਤੁਸੀਂ ਇਸ ਗੱਲ ਨੂੰ ਸਮਝਣ ਦਾ ਯਤਨ ਕਰੋਗੇ ਸਵਲੀਨ ਜੀ, ਇਜ਼ਰਾਈਲ ਦੀ ਕੰਪਨੀ NSO ਉਹ ਕਹਿੰਦੀ ਆ ਕਿ ਅਸੀਂ ਇਹ ਸੋਫਟਵੇਅਰ ਸਿਰਫ ਸਰਕਾਰਾਂ ਨੂੰ ਵੇਚਦੇ ਹਾਂ। ਹੁਣ ਇਜ਼ਰਾਈਲ ਦੀ ਕੰਪਨੀ ਦਾ ਤਾਂ ਰੋਨਾ ਵਿਲਸਨ ਨਾਲ ਕੁਛ ਲੈਣਾ ਦੇਣਾ ਨਹੀਂ, ਅਤੇ ਜੇ ਉਹ ਸਰਕਾਰਾਂ ਨੂੰ ਵੇਚਦੇ ਆ ਤਾਂ ਰੋਨਾ ਵਿਲਸਨ ਦੇ ਫੋਨ ਦੇ ਵਿੱਚ ਉਹ ਸੋਫਟਵੇਅਰ ਸ਼੍ਰੀਲੰਕਾ ਦੀ ਸਰਕਾਰ ਨੇ ਤਾਂ ਪਾਇਆ ਨਹੀਂ ਹੋਣਾ, ਨਾ ਹੀ ਪਾਕਿਸਤਾਨ ਦੀ ਸਰਕਾਰ ਨੇ ਪਾਇਆ ਹੋਣਾ। ਹਾਲਾਂਕਿ BJP ਦੇ ਲੋਕ ਕਹਿ ਸਕਣਗੇ ਕਿ ਹੋ ਸਕਦਾ ਜੀ ਇਹ ਪਾਕਿਸਤਾਨ ਦੇ ਨੇ ਹੀ ਪਾਇਆ ਹੋਵੇ, ਅਤੇ ਭਾਰਤ ਸਰਕਾਰ ਸੁਪਰੀਮ ਕੋਰਟ ਦੇ ਸਾਹਮਣੇ ਵੀ ਇਹ ਹਾਂ ਜਾਂ ਨਾ ਦੇ ਵਿੱਚ ਦੱਸਣ ਦੇ ਵਿੱਚ ਨਾਕਾਮਯਾਬ ਰਹੀ ਆ ਕਿ ਅਸੀਂ ਇਹ ਸੋਫਟਵੇਅਰ ਖਰੀਦਿਆ ਜਾਂ ਨਹੀਂ ਖਰੀਦਿਆ। ਜੇ ਖਰੀਦਿਆ ਤਾਂ ਅਸੀਂ ਕਿੰਨੇ ਪੈਸੇ ਦਿੱਤੇ ਆ। RTI ਦੀ ਜਾਣਕਾਰੀ ਦੇ ਵਿੱਚ ਵੀ ਉਹ ਇਸ ਗੱਲ ਤੋਂ ਮੁਨਕਰ ਹੋ ਚੁੱਕੇ ਨੇ। ਰੋਨਾ ਵਿਲਸਨ ਦੇ ਫੋਨ ਦੇ ਵਿੱਚ ਜਦੋਂ ਉਹ ਘਟਨਾ ਦਰਜ ਹੁੰਦੀ ਹੈ ਉਹ ਤੋਂ ਇੱਕ ਸਾਲ ਪਹਿਲਾਂ ਤੱਕ ਉਹ ਜਿਹੜਾ ਸੋਫਟਵੇਅਰ ਦੀ ਜਿਹੜੀ ਆ ਨਿਸ਼ਾਨੀ ਉਹਦੇ ਵਿੱਚ ਮਿਲੀ ਆ। ਇਟ ਮੀਨਸ ਸਰਕਾਰ ਬਹੁਤ ਡੂੰਘੇ ਤਰੀਕੇ ਦੇ ਨਾਲ ਇਹ ਸਾਰੀਆਂ ਸਾਜ਼ਿਸ਼ਾਂ ਕਰਦੀ ਆ, ਜਿਨ੍ਹਾਂ ਨੂੰ ਫਿਰ ਅਸੀਂ ਏਜੰਸੀਜ਼ ਕਹਿੰਦੇ ਹਾਂ। ਉਹ ਜਿਹੜੇ ਲੋਕ ਨੇ, ਜਿਹੜੇ ਲੋਕ ਪੱਖੀ ਕੰਮ ਕਰਦੇ ਨੇ, ਚਾਹੇ ਉਹ ਰੋਨਾ ਵਿਲਸਨ ਆ, ਚਾਹੇ ਉਹ ਸਟੇਨ ਸਵਾਮੀ ਨੇ, ਚਾਹੇ ਕੁਝ ਹੋਰ ਲੋਕ ਨੇ, ਉਹਨਾਂ ਦੀ ਸਰਕਾਰ ਇੰਨੀ ਘੋਖ ਪੜਤਾਲ ਕਰਦੀ ਆ, ਚਾਹੇ ਉਹ ਵਕੀਲ ਹੋਣ, ਚਾਹੇ ਉਹ ਲੋਕ ਸਭਾ ਦੇ ਮੈਂਬਰ ਹੋਣ, ਚਾਹੇ ਉਹ ਵਿਰੋਧੀ ਧਿਰਾਂ ਦੇ ਲੋਕ ਹੋਣ, ਚਾਹੇ ਉਹ ਸਮਾਜਿਕ ਕਾਰਜਕਰਤਾ ਹੋਣ, ਜੇਕਰ ਇਹਦਾ ਛੋਟੇ ਛੋਟੇ ਲੈਵਲ ਤੱਕ ਵੀ ਸਰਕਾਰ ਇਸ ਵੱਡੇ ਸੋਫਟਵੇਅਰ ਦੇ ਨਾਲ ਲੋਕਾਂ ਦੀ ਜਾਂਚ ਪੜਤਾਲ ਕਰਦੀ ਆ, ਫਿਰ ਤੁਸੀਂ ਭਾਰਤ ਨੂੰ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੋਣ ਦਾ ਅਹੁਦਾ ਨਾ ਹੀ ਦਿਓ ਤਾਂ ਚੰਗਾ, ਫਿਰ ਰਾਜਾਸ਼ਾਹੀ ਹੀ ਤੁਸੀਂ ਇਹਨੂੰ ਕਹਿ ਸਕਦੇ ਹਾਂ, ਜਾਂ ਫਿਰ ਬਿਲਕੁਲ ਇੱਕ ਨਿਰੰਕੁਸ਼ਤਾ ਦੇ ਤਰੀਕੇ ਦੇ ਨਾਲ ਸਰਕਾਰ ਕੰਮ ਕਰਦੀ ਆ। ਹੁਣ ਇਹਨੂੰ ਲੈ ਕੇ ਵੀ ਇਹ ਲੋਕ ਕਹਿਣਗੇ ਬਾਅਦ ਵਿੱਚ ਕਿ ਇਹ ਤਾਂ ਜੀ ਅਮਰੀਕਾ ਦੀ ਏਜੰਸੀ ਨੇ ਜਾਂਚ ਕੀਤੀ ਆ, ਪਰ ਅਸੀਂ ਜਾਣਦੇ ਹਾਂ ਕਿ ਉਹਨਾਂ ਨੇ ਜੇਕਰ ਜਾਂਚ ਕੀਤੀ ਆ ਤਾਂ ਉਹ ਗਲਤ ਕਿਉਂ ਕਰਨਗੇ, ਅਤੇ ਫਿਰ ਜੇ ਇਸੇ ਮਸਲੇ 'ਚ ਗਲਤ ਕੀਤੀ ਆ ਤਾਂ ਫਿਰ ਉਸ ਤੋਂ ਪਹਿਲਾਂ ਜਿਹੜੀ ਕਹਾਣੀ ਸੀ ਉਹ ਦੁਨੀਆਂ ਦੇ ਬਹੁਤ ਸਾਰੇ ਪੱਤਰਕਾਰਾਂ ਨੇ ਰਲ ਕੇ ਪੈਗਾਸਸ ਨੂੰ ਉਜਾਗਰ ਕੀਤਾ ਸੀ। ਸੋ ਇੱਦਾਂ ਨਹੀਂ ਹੈਗਾ ਕਿ ਜੇਕਰ ਦੁਨੀਆਂ ਦੇ 16-17 ਦੇਸ਼, ਉਹਨਾਂ ਦੇ ਪੱਤਰਕਾਰ, ਵੱਡੀਆਂ ਸੰਸਥਾਵਾਂ, ਚਾਹੇ ਉਹ ਫਰਾਂਸ ਦੀਆਂ ਨੇ, ਚਾਹੇ ਉਹ ਸਵਿਟਜ਼ਰਲੈਂਡ ਦੀਆਂ ਨੇ, ਚਾਹੇ ਉਹ ਭਾਰਤ ਦੀਆਂ ਨੇ, ਚਾਹੇ ਉਹ ਅਮਰੀਕਾ ਦੀਆਂ ਨੇ, ਅਤੇ ਉਹ ਸਿਰਫ ਤੁਹਾਡੇ 'ਤੇ ਹੀ ਉਂਗਲੀ ਕਿਉਂ ਚੱਕਦੀਆਂ ਨੇ, ਅਤੇ ਇਜ਼ਰਾਈਲ ਨੇ ਵੀ ਇਸ ਮਾਮਲੇ ਦੇ ਵਿੱਚ ਬਹੁਤ ਵਾਰੇ ਮੰਨਿਆ ਕਿ ਹੋ ਸਕਦਾ ਆ ਕਿ ਅਸੀਂ ਜਿਨ੍ਹਾਂ ਨੂੰ ਵੇਚਿਆ ਉਹਨਾਂ ਨੇ ਇਸ ਸੋਫਟਵੇਅਰ ਨੂੰ ਵਰਤਿਆ ਹੋਵੇ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ, ਫਿਰ ਉਹ ਸਮਾਜਿਕ ਕਾਰਜਕਰਤਾਵਾਂ ਦੇ ਉੱਤੇ ਜਾਂ ਫਿਰ ਚੰਗੇ ਕੰਮ ਕਰਨ ਵਾਲੇ ਲੋਕਾਂ ਦੇ ਉੱਤੇ ਜਿਹੜੀ ਗਾਜ ਗਿਰਦੀ ਆ, ਜੂਨ 18 ਤੋਂ ਲੈ ਕੇ ਜੂਨ 19, ਜੂਨ 20, ਜੂਨ 21, 3.5 ਸਾਲ ਤੋਂ ਕਈ ਸਾਰੇ ਲੋਕ ਜਿਹੜੇ ਨੇ ਇਸ ਕੇਸ ਦੇ ਵਿੱਚ ਸਜ਼ਾ ਭੁਗਤ ਰਹੇ ਨੇ, ਜਦਕਿ ਜਿਹਦੇ ਲਈ ਜੇਕਰ ਉਹਨਾਂ ਦੇ ਫੋਨ ਦੇ ਵਿੱਚ ਅਜਿਹੇ ਕੁਝ ਸੋਫਟਵੇਅਰ ਪਾਏ ਗਏ ਨੇ। ਇਹ ਗੱਲ ਪਹਿਲਾਂ ਵੀ ਕੋਰਟਸ ਦੇ ਵਿੱਚ ਸਾਹਮਣੇ ਆਈ ਆ ਕਿ ਇਹਨਾਂ ਦੇ ਲੈਪਟੋਪਸ ਦੇ ਵਿੱਚ ਅਜਿਹੀਆਂ ਈਮੇਲਸ ਵੀ ਆਪ ਪਲਾਂਟ ਕੀਤੀਆਂ ਗਈਆਂ ਜਿਹਦੇ ਨਾਲ ਇਹਨਾਂ ਨੂੰ ਬਾਅਦ ਵਿੱਚ ਦੋਸ਼ੀ ਸਾਬਤ ਕੀਤਾ ਜਾ ਸਕੇ। ਸੋ ਇਹ ਜਿਹੜੀਆਂ ਸਾਰੀਆਂ ਘਟਨਾਵਾਂ ਨੇ ਇਹ ਬਹੁਤ ਦੁਖਦ ਨੇ। ਸਰਕਾਰ ਦਾ ਜਿਹੜਾ ਕੰਮ ਆ ਉਹ ਸਰਕਾਰ ਬਣਾਉਣ ਦਾ, ਸਰਕਾਰ ਚਲਾਉਣ ਦਾ ਅਤੇ ਚੰਗੇ ਕੰਮ ਕਰਨ ਦਾ ਹੁੰਦਾ। ਇਹੋ ਜਿਹੀਆਂ ਜਿਹੜੀਆਂ ਸਾਜ਼ਿਸ਼ਾਂ ਘੜਨੀਆਂ, ਇਹੋ ਜਿਹੀਆਂ ਸਕੀਮਾਂ ਬਣਾ ਕੇ ਇੱਕ ਲੋਕ ਪੱਖੀ ਹੋਣ ਦਾ ਦਿਖਾਵਾ ਕਰਨਾ, ਇਹ ਜਿਹੜੀ ਬਹੁਤ ਮਾੜੀ ਗੱਲ ਹੈ, ਇਹਦੇ ਤੋਂ ਬਚਣਾ ਚਾਹੀਦਾ ਜੀ। ਅੱਜ ਦੀ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ। ਸ਼ਰਮਾ ਜੀ, ਤੁਸੀਂ ਸਟੂਡੀਓ 'ਚ ਆ ਗਏ, ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ 'ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਤੁਸੀਂ ਜੁੜੇ ਰਹੋ ਪੰਜਾਬੀ ਨੈਸ਼ਨਲ TV ਦੇ ਨਾਲ। ਉਮੀਦ ਤੁਹਾਡੀ, ਖੁਸ਼ੀ ਸਾਡੀ।